ਬਸੰਤ ਪੰਚਮੀ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਮਨਾਇਆ ਗਿਆ। ਉੱਥੇ ਹੀ ਫਿਰੋਜ਼ਪੁਰ ਦਾ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਮਸ਼ਹੂਰ ਹੈ। ਫਿਰੋਜ਼ਪੁਰ ਦੇ ਬਸੰਤ ਪੰਚਮੀ ਦੇ ਤਿਉਹਾਰ ਨੇ ਵਿਦੇਸ਼ਾਂ ਵਿੱਚ ਵੀ ਧੂਮਾਂ ਪਾ ਦਿੱਤੀਆਂ ਨੇ ਅਤੇ ਪਤੰਗ ਉਡਾਉਣ ਦੇ ਸ਼ੌਕੀਨ ਵਿਦੇਸ਼ੀ ਲੋਕ ਵੀ ਲੱਖਾਂ ਰੁਪਏ ਖਰਚ ਕਰਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਫਿਰੋਜ਼ਪੁਰ ਪਹੁੰਚੇ। ਭਾਵੇਂ ਕਿ ਬਸੰਤ ਪੰਚਮੀ ਦਾ ਤਿਉਹਾਰ ਐਤਵਾਰ ਨੂੰ ਸੀ, ਪਰ ਵਿਦੇਸ਼ਾਂ ਅਤੇ ਦੂਜੇ ਰਾਜਾਂ ਤੋਂ ਆਏ ਲੋਕਾਂ ਨੇ ਸ਼ਨੀਵਾਰ ਦਿਨ ਤੋਂ ਹੀ ਬਸੰਤ ਪੰਚਮੀ ਦਾ ਤਿਉਹਾਰ ਮਨਾਉਣਾ ਸ਼ੁਰੂ ਕਰ ਦਿੱਤਾ। ਪਤੰਗ ਉਡਾਉਣ ਦੇ ਸ਼ੌਕੀਨ ਰਾਤ ਨੂੰ ਪੂਰੀ ਰਾਤ ਡੀਜ਼ੇ ਲਗਾ ਕੇ ਗੀਤਾਂ ਦੀ ਚਮਕ ਤੇ ਸਾਰੀ ਰਾਤ ਨੱਚਦੇ ਗਾਉਂਦੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਂਦੇ ਰਹੇ ਅਤੇ ਔਰਤਾਂ ਨੇ ਵੀ ਇਸ ਤਿਉਹਾਰ ਨੂੰ ਵੱਧ ਚੜ੍ਹ ਕੇ ਮਨਾਇਆ। ਕੈਨੇਡਾ ਦੇ ਨਿਵਾਸੀ ਕਰਨ ਨੇ ਦੱਸਿਆ ਕਿ ਉਹ 2 ਲੱਖ ਤੋਂ ਉੱਪਰ ਦਾ ਖਰਚਾ ਕਰਕੇ ਫਿਰੋਜ਼ਪੁਰ ਵਿੱਚ ਸਿਰਫ ਬਸੰਤ ਮਨਾਉਣ ਦੇ ਲਈ ਆਏ ਨੇ। ਪਠਾਨਕੋਟ ਦੀ ਸਾਨੀਆ ਸ਼ਰਮਾ ਮੁਤਾਬਕ ਫਿਰੋਜ਼ਪੁਰ ਦਾ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਮਸ਼ਹੂਰ ਹੈ। ਮੇਰੀ ਵੈਡਿੰਗ ਪਠਾਨਕੋਟ ਵੀ ਹੋਈ ਹੈ, ਸ਼ਾਦੀ ਪਠਾਨਕੋਟ ਵੀ ਹੋਈ ਹੈ। ਬੇਸਿਕਲੀ ਮੈਂ ਫਿਰੋਜ਼ਪੁਰ ਸੇ ਹੀ ਬਿਲੋਂਗ ਕਰਤੀ ਹੂੰ, ਤੋ ਮੈਂ ਛੋਟੇ ਹੋਤੇ ਸੇ ਯਹਾਂ ਬਸੰਤ ਕੇ ਨਾਤੇ ਆਈ ਹੂੰ, ਮੁਝੇ ਮਾਲੂਮ ਹੈ ਫਿਰੋਜ਼ਪੁਰ ਕੀ ਬਸੰਤ ਬੈਸਟ ਹੋਤੀ ਹੈ, ਇਸੀ ਲਈ ਸਪੈਸ਼ਲੀ ਹਮ ਯਹਾਂ ਪੇ ਆਏ ਹੈ ਬਸੰਤ ਮਨਾਨੇ ਕੇ ਲੀਏ। ਕੱਲ ਰਾਤ ਸੇ ਹੀ ਬਹੁਤ ਜ਼ੋਰੋ ਸ਼ੋਰੋ ਸੇ ਤਿਆਰੀਆਂ ਸ਼ੁਰੂ ਹੋ ਚੁੱਕੀ ਥੀ। ਹਮਨੇ ਰਾਤ ਮੇ ਹੀ ਸਾਰੀ ਪਤੰਗੋ ਮੇ ਡੋਰੇ ਡਾਲ ਲੀ ਥੀ, ਰਾਤ ਕੋ ਵੀ ਹਮਨੇ ਚੰਡੋਲੇ ਉਡਾਈ ਹੈ। ਅਭੀ ਦਿਨ ਮੇ ਵੀ ਪੂਰਾ ਆਸਮਾਨ ਪੂਰਾ ਕਲਰਫੁਲ ਹੋ ਰੱਖਿਆ ਪਤੰਗੋ ਕੇ ਸਾਥ, ਬਹੁਤ ਮਜ਼ਾ ਆ ਰਹਾ ਹੈ। ਡੀਜੇ ਲਗਾ ਹੁਆ ਹੈ, ਐਵਰੀਬਡੀ ਇਜ਼ ਡਾਂਸਿੰਗ, ਐਵਰੀਬਡੀ ਇਜ਼ ਹੈਵਿੰਗ ਫਨ, ਬਹੁਤ ਮਜ਼ਾ ਆ ਰਹਾ ਹੈ। ਸੋ ਪਲੀਜ਼ ਆਈ ਰਿਕੁਐਸਟ ਐਵਰੀਬਡੀ ਟੂ ਹੈਵ ਟੂ ਐਕਸਪੀਰੀਅੰਸ, ਕਭੀ ਨਾ ਕਭੀ ਵੋ ਆਕੇ ਫਿਰੋਜ਼ਪੁਰ ਕੀ ਬਸੰਤ ਕਾ ਐਕਸਪੀਰੀਅੰਸ ਜ਼ਰੂਰ ਕਰੋ, ਇਟਸ ਦਾ ਬੈਸਟ ਅਮੰਗ ਆਲ। ਹਾਂਜੀ, ਅਸੀਂ ਇੱਥੇ ਮੈਂ ਸਪੈਸ਼ਲ ਟੋਰਾਂਟੋ ਕੈਨੇਡਾ ਤੋਂ ਆਇਆ ਇੱਥੇ ਬਸੰਤ ਮਨਾਉਣ। 4 ਸਾਲ ਬਾਅਦ ਆਇਆ ਮੈਂ, 4 ਸਾਲ ਪਹਿਲਾਂ ਵੀ ਇੱਥੇ ਮਨਾਉਂਦਾ ਹੁੰਦਾ ਸੀਗਾ ਬਸੰਤ, ਇੱਥੇ ਦੀ ਬਸੰਤ ਪੂਰੇ ਇੰਡੀਆ ਪੂਰੇ ਵਰਲਡ 'ਚ ਫੇਮਸ ਹੈ। ਅਸੀਂ ਮੈਂ ਸਪੈਸ਼ਲ ਇੱਥੇ 3 ਲੱਖ ਰੁਪਏ ਖਰਚ ਕਰਕੇ ਬਸੰਤ ਮਨਾਉਣ ਆਇਆ। ਮੈਨੂੰ ਵੇਟ ਸੀਗਾ ਕਿ ਬਸੰਤ ਮਨਾਵਾਂਗੇ, ਫਨ ਕਰਾਂਗੇ, ਡੀਜੇ ਲੱਗਾ, ਗੁੱਡੇ ਉੱਡਰੇ, ਸਾਰੇ ਮੇਰੇ ਫਰੈਂਡਸ ਮੇਰੇ ਰਿਲੇਟਿਵ ਸਾਰੇ ਆਏ ਹੋਏ ਆ, ਇਕੱਠੇ ਹੋ ਕੇ ਬਹੁਤ ਫਨ ਕਰ ਰਹੇ ਆ, ਸਾਰੇ ਜਣੇ ਬਹੁਤ ਫਨ ਕਰ ਰਹੇ ਆ। ਦੇਖੋ ਤੁਸੀਂ ਗੁੱਡੀਆਂ ਚੱਲ ਰਹੀਆਂ ਉੱਪਰ, ਡੋਰ ਦਾ ਵੀ ਬਹੁਤ ਆਨੰਦ ਆ ਰਿਹਾ, ਅਸੀਂ ਚਾਈਨਾ ਡੋਰ ਨੂੰ ਪ੍ਰੇਸ ਕਰਦੇ ਹਾਂ। ਅਸੀਂ ਦੂਜੀ ਡੋਰ ਨਾਲ ਵਰਤਦੇ ਹਾਂ, ਅਸੀਂ ਇਹੀ ਕਹਾਂਗੇ ਕਿ ਤੁਸੀਂ ਦੂਜੀ ਡੋਰ ਯੂਜ਼ ਕਰੋ, ਜਿਹਦੇ ਨਾਲ ਪਕਸ਼ੀ ਵੀ ਸੇਫ ਰਹਿਣ, ਤੁਸੀਂ ਆਪ ਵੀ ਸੇਫ ਰਹਿਣ। ਮੈਂ ਪਠਾਨਕੋਟ ਤੋਂ ਆਇਆ, ਮੈਨੂੰ ਪਤਾ ਲੱਗਿਆ ਕਿ ਫਿਰੋਜ਼ਪੁਰ ਦੀ ਜਿਹੜੀ ਬਸੰਤ ਪੰਚਮੀ ਬੜੀ ਮਸ਼ਹੂਰ ਹੈ, ਮੈਂ ਸਪੈਸ਼ਲ ਪਠਾਨਕੋਟ ਤੋਂ ਫਿਰੋਜ਼ਪੁਰ ਬਸੰਤ ਪੰਚਮੀ ਮਨਾਉਣ ਆਇਆ। ਬਹੁਤ ਹੀ ਆਨੰਦ ਆ ਰਿਹਾ, ਇਹ ਮੇਰਾ ਵੀਰ ਕੈਨੇਡਾ ਤੋਂ ਆਇਆ ਸਪੈਸ਼ਲ ਬਸੰਤ ਪੰਚਮੀ ਮਨਾਉਣ, ਕਿਆ ਆਨੰਦ ਹੈ, ਇਹਦੇ ਯਾਰ ਦੋਸਤ ਸਾਰੇ ਆਏ ਨੇ, ਬਹੁਤ ਹੀ ਮਜ਼ਾ ਆ ਰਿਹਾ। ਦੱਸ ਦਈਏ ਕਿ ਬਸੰਤ ਪੰਚਮੀ ਦੇ ਮੌਕੇ ਤੇ ਫਿਰੋਜ਼ਪੁਰ ਵਿੱਚ ਪਤੰਗ ਡੋਰ ਵਿਕਰੇਤਾਵਾਂ ਵੱਲੋਂ ਕਰੋੜਾਂ ਰੁਪਏ ਦਾ ਧੰਦਾ ਕੀਤਾ ਜਾਂਦਾ ਹੈ। ਇਸ ਮੌਕੇ ਕਈ ਗਰੀਬ ਮਜ਼ਦੂਰੀ ਕਰਨ ਵਾਲੇ ਫਿਰੋਜ਼ਪੁਰ ਵਿੱਚ ਪਹੁੰਚ ਕੇ ਗੁਬਾਰੇ ਆਦਿ ਵੇਚ ਕੇ ਆਪਣੇ 2-4 ਮਹੀਨਿਆਂ ਦੀ ਰੋਟੀ ਦਾ ਜੁਗਾੜ ਵੀ ਕਰ ਲੈਂਦੇ ਨੇ। ਫਿਰੋਜ਼ਪੁਰ ਤੋਂ ਬੌਬੀ ਖੁਰਾਨਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 9563 9563।